पिछे बहुत सारा भारी नुकसान है। मेरा ख्याल 9-9 फुट के करीब जेड़ा पानी खड़ा है, कोठे मतलब के दबे खड़े। सो इस तो वध कदे तबाही मेरता दी जिंदगी च वेखी नहीं गई। इन्नी वड्डी तबाही है, डंगर भुखे खड़े ने, कईयां दे डंगर मर गए ने, कईयां दीयां दुकानां च पानी वड़ गया है। सो पिछे असी मैं ते बाजवा साहब जिथे जाके आए उथे पिंड वालिआं नूं खस्ता है कि जिस प्रकार का पानी का फ्लो है इन्नी तेजी नाल जा रहा है कि वह बन्न टुट जाएगा। वह बन्न विचारे पक्का कर रहे हैं पिंड वाले आप रल के, ते फिर होर 50 पिंडां नूं उन्हें मार करनी है। ਇੱਥੋਂ ਆ ਦੇਖ ਰਿਹਾ ਤੁਹਾਨੂੰ ਘੱਗਰ ਉੱਥੋਂ ਟੁੱਟਿਆ ਹੋਇਆ ਹੈ, ਅੱਗੋਂ ਵੀ ਸਾਰਾ ਬਹੁਤ ਸਾਰਾ ਭਾਰੀ ਨੁਕਸਾਨ ਹੈ। ਮੈਂ ਸਮਝਦਾ ਕਿ ਸਾਰੇ ਹੁਣ ਰਲ ਮਿਲ ਕੇ ਅਸੀਂ ਚਾਹੇ ਕੋਈ ਵਿਅਕਤੀ ਹੈ ਪੰਜਾਬ ਦਾ, ਪੰਜਾਬੀ ਹੋਵੇ ਜਿਹੜਾ ਪੰਜਾਬ 'ਚ ਰਹਿੰਦਾ ਹੈ ਤੇ ਪੰਜਾਬ ਨੂੰ ਪਿਆਰ ਕਰਦਾ, ਸਾਰੇ ਰਲ ਮਿਲ ਕੇ ਇਸ ਆਫਤ ਦਾ ਅਸੀਂ ਸਾਹਮਣਾ ਕਰਨਾ ਹੈ। ਇਸੇ ਕਰਕੇ ਮੈਂ ਤੇ ਬਾਜਵਾ ਸਾਹਿਬ ਔਰ ਖਾਸ ਕਰਕੇ ਕਾਂਗਰਸੀ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ, ਜਿਹੜਾ ਵੀ ਕਾਂਗਰਸੀ ਭਰਾ ਘਰਾਂ 'ਚ ਨਾ ਬੈਠੋ, ਉਹ ਜਾ ਕੇ ਲੋਕਾਂ ਦੀ ਮਦਦ ਕਰਨੀ ਹੈ। ਜੇ ਕਿਸੇ ਦੀ 100 ਰੁਪਇਆ ਕੋਈ ਮਦਦ ਕਰ ਸਕਦਾ ਉਹ 100 ਰੁਪਇਆ ਕਰੋ, ਤੇ ਜਿਹੜਾ ਕੋਈ 1 ਲੱਖ ਰੁਪਇਆ ਕਰ ਸਕਦਾ ਉਹ 1 ਲੱਖ ਰੁਪਇਆ ਕਰੋ, ਕਿਉਂਕਿ ਸਾਰਾ ਕੁਝ ਤਬਾਹ ਹੋ ਗਿਆ ਤੇ ਆਪਣਾ ਫਰਜ਼ ਬਣਦਾ ਹੈ। ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਸਾਨੂੰ ਇਹ ਆਪਦੇ ਫਰਜ਼ ਨਿਭਾਉਣੇ ਚਾਹੀਦੇ। ਬਾਕੀ ਬਹੁਤ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਕਈ ਪਿੰਡਾਂ 'ਚ ਉੱਥੇ ਅਸੀਂ ਦੇਖ ਕੇ ਆਏ, ਇੱਕ ਬੰਦਾ ਤੂੜੀ ਦੇ ਘੁੱਪ ਤੇ ਚੜਿਆ ਹੋਇਆ, ਲੋਕ ਕਹਿੰਦੇ ਉਹ ਬੰਦਾ ਵਿਚਾਰਾ ਕਦੇ ਉੱਤੇ ਉਤਰਦਾ ਕਦੇ ਥੱਲੇ, ਉੱਥੇ ਬੋਟ ਦਾ ਇੰਤਜ਼ਾਮ ਨਹੀਂ ਹੈ। ਪਿੰਡਾਂ ਦੇ ਵਿੱਚ ਇੱਕ ਇੱਕ ਕਿਸ਼ਤੀ ਚਾਹੀਦੀ ਹੈ। ਮੇਰਾ ਖਿਆਲ ਉਹਨਾਂ ਨੂੰ ਦੁੱਧ ਪਾਣੀ ਸਮਾਨ ਰਾਸ਼ਨ ਕੋਈ ਨਾ ਕੋਈ ਇਹੋ ਜਿਹੀਆਂ ਚੀਜ਼ ਵਸਤੂਆਂ ਚਾਹੀਦੀਆਂ, ਕਿਉਂਕਿ ਇਹ ਕਿਸੇ ਦੇ ਵੱਸ ਦੀ ਗੱਲ ਤਾਂ ਨਹੀਂ ਹੈ। ਲੇਕਿਨ ਸਰਕਾਰ ਬੇਨਤੀ ਕਰਾਂਗੇ ਮਾਨ ਸਾਹਿਬ ਹੋਰਾਂ ਨੂੰ, ਮੁੱਖ ਮੰਤਰੀ ਪੰਜਾਬ ਨੂੰ, ਕਿ ਕਿਰਪਾ ਕਰਕੇ ਜਿਹੜੀਆਂ ਬੁਨਿਆਦੀ ਗੱਲਾਂ ਚਾਹ ਪਾਣੀ ਟੁੱਕ ਰੋਟੀ ਕੱਪੜੇ ਤੋਂ ਇਹ ਵਿਚਾਰੇ ਜਿਹੜੇ ਲੋਕ ਦੁਖੀ ਹੈ ਉਹਨਾਂ ਦਾ ਕਿਤੇ ਨਾ ਕਿਤੇ ਅਸੀਂ ਖਿਆਲ ਕਰੀਏ। ਔਰ ਆਉਣ ਵਾਲੇ ਸਮੇਂ 'ਚ ਮੈਂ ਕਹਾਂਗਾ, ਕਿਉਂਕਿ ਗਰਦਾਵਰੀਆਂ ਤਾਂ ਕਰਨ ਦੀ ਲੋੜ ਪੈਂਦੀ ਹੈ ਜੇ ਕਿਸੇ ਟਾਵਾਂ ਟਾਵਾਂ ਖੇਤ ਹੋਵੇ, ਹੁਣ ਤਾਂ ਗਰਦਾਵਰੀ ਦੀ ਲੋੜ ਹੀ ਨਹੀਂ, ਪਿੰਡਾਂ ਦੇ ਪਿੰਡ ਡੁੱਬ ਗਏ ਹੈ। ਔਰ ਅਸੀਂ ਸਾਰੇ ਇਹਨੂੰ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਹੈ, ਜਿਸ ਪ੍ਰਕਾਰ ਬਾਜਵਾ ਸਾਹਿਬ ਨੇ ਹੁਣੇ ਕਿਹਾ ਕਿ 50,000 ਰੁਪਇਆ ਪ੍ਰਤੀ ਏਕੜ, ਕਿਉਂਕਿ ਇਹ ਅਗਲੇ ਵੀ ਫਸਲ ਨਹੀਂ ਹੋਣੀ, ਇੱਥੇ ਕੋਈ ਉਮੀਦ ਨਹੀਂ ਹੈ ਕਿ ਅਗਲੀ ਫਸਲ ਵੀ ਹੋਵੇ, ਕਿਉਂਕਿ ਪਨੀਰੀ ਪਨੂਰੀ ਤਾਂ ਹੁਣ ਲੱਗਣੀ ਨਹੀਂ। ਸੋ ਜੇ ਸਾਰਾ ਇਹ ਔਸਤਨ ਕੰਮ ਪਾ ਲਵਾਂਗੇ ਤਾਂ ਬਹੁਤ ਵੱਡਾ ਭਾਰੀ ਨੁਕਸਾਨ ਹੈ। ਪਸ਼ੂਆਂ ਨੂੰ ਵੀ ਮੁਆਵਜ਼ਾ ਦੇਣ ਦੀ ਹੈ, ਕੋਠੇ ਢਹਿ ਗਏ 1.5-1.5 ਲੱਖ ਰੁਪਇਆ ਉਹ ਵੀ ਹੈ। ਸੋ ਇਹਦੀ ਅਸੀਂ ਸ਼ੁਰੂਆਤ ਕਰੀਏ ਤਾਂ ਜੋ ਵਿਅਕਤੀ ਆਪਦਾ ਜੀਵਨ ਬਤਾਉਣ ਦੇ ਵਿੱਚ ਉਹਨੂੰ ਥੋੜਾ ਥੋੜਾ ਆਸਰਾ ਮਿਲਣਾ ਸ਼ੁਰੂ ਹੋਏਗਾ। ਸੋ ਇੰਨੀਆਂ ਹੀ ਗੱਲਾਂ ਕਰਦੇ ਹਾਂ ਅਸੀਂ ਹੁਣ, ਅੱਜ ਦੌਰਾ ਕਰਦੇ ਹਾਂ ਮੈਂ ਤੇ ਬਾਜਵਾ ਸਾਹਿਬ। ਮੈਂ ਬਾਜਵਾ ਸਾਹਿਬ ਨੂੰ ਕਹੂੰਗਾ ਤੁਸੀਂ ਵੀ, ਕਿਉਂਕਿ ਕੋਈ ਇੱਥੇ ਆਪਣੇ ਚੈਨਲਾਂ ਦੇ ਰਾਹੀਂ ਕਮ ਸੇ ਕਮ ਪੰਜਾਬ ਦੇ ਲੋਕਾਂ ਨੂੰ ਜਿੱਥੇ ਇੰਨੀ ਮਾੜੀ ਹਾਲਤ ਹੈ, ਸੋ ਉਹਨਾਂ ਨੂੰ ਵੀ ਡਿਊਟੀ ਲਾਈਏ ਕਿ ਉਹ ਵੀ ਇੱਥੇ ਆ ਕੇ ਕਿਵੇਂ ਨਾ ਕਿਵੇਂ ਮਦਦ ਕਰਨ। ਤੁਸੀਂ ਵੀ ਕੁਝ ਰਾਜਾ ਜੀ ਨੇ ਆਪਣੇ ਖਿਆਲ ਤੁਹਾਡੇ ਸਾਹਮਣੇ ਰੱਖੇ ਨੇ। ਮੈਂ ਸਮਝਣਾ ਕਿ ਪੰਜਾਬੀਆਂ ਦੀ ਦੁਨੀਆ ਭਰ ਦੇ ਵਿੱਚ ਪਹਿਚਾਣ ਇਹ ਹੈ ਕਿ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਕੋਈ ਇੱਕ ਵੀ ਪੰਜਾਬੀ ਨਹੀਂ ਰਹਿੰਦਾ, ਉੱਥੇ ਵੀ ਜਦੋਂ ਕੋਈ ਨੈਸ਼ਨਲ ਕੈਲਮਿਟੀ ਆਉਂਦੀ ਹੈ ਤੇ ਪੰਜਾਬੀ ਪਹੁੰਚ ਕੇ ਆਪਣਾ ਝੰਡਾ ਗੜ ਲੋਕਾਂ ਦੀ ਮਦਦ ਕਰ। ਇੱਥੇ ਵੀ ਅਸੀਂ ਸਾਰੀਆਂ ਹੀ NGOs ਨੂੰ, ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ, ਸਾਰੀ ਸਿਆਸੀ ਜਮਾਤਾਂ ਨੂੰ ਤੇ ਵਿਸ਼ੇਸ਼ ਤੌਰ ਕਾਂਗਰਸ ਦਾ ਜਿਹੜਾ ਸਾਡਾ ਕਾਡਰ ਅਸੀਂ ਉਹਨੂੰ ਗੁਜ਼ਾਰਿਸ਼ ਕਰਾਂਗੇ, ਬਾਹਰਲੇ ਜ਼ਿਲ੍ਹਿਆਂ ਚੋਂ ਵੀ ਜਿਹੜੇ ਪ੍ਰਭਾਵਿਤ ਜ਼ਿਲ੍ਹੇ ਨੇ ਉਹ ਤੇ ਆਣ ਹੀ, ਬਾਹਰਲੇ ਜ਼ਿਲ੍ਹਿਆਂ ਤੋਂ ਵੀ ਆਓ ਤੇ ਮਦਦ ਕਰੋ। ਇਹਦੇ 'ਚ ਜੋ ਵੀ ਬਣਦਾ ਹਿੱਸਾ ਉਹ ਪਾਓ। ਬਹੁਤ ਵੱਡੇ ਪੈਮਾਨੇ ਤੇ ਨੁਕਸਾਨ ਹੈ। ਮਾਨ ਸਾਹਿਬ ਤੁਹਾਨੂੰ ਸਾਡੀ ਸਪੈਸ਼ਲ ਗੁਜ਼ਾਰਿਸ਼ ਹੈ ਕਿ ਤੁਸੀਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਇੱਕੋ ਦਮ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਕੰਪਨਸੇਸ਼ਨ ਕਰਾਂਗੇ। ਰਾਜਾ ਜੀ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਘੱਟ ਤੋਂ ਘੱਟ 50,000 ਰੁਪਇਆ ਕਿੱਲੇ ਦਾ, ਕਿਉਂਕਿ ਮਾਲਵੇ ਦੀ ਇਹਨਾਂ ਜ਼ਮੀਨਾਂ ਦੇ ਵਿੱਚ ਠੇਕੇ 60,000-70,000 ਰੁਪਇਆ ਐਵਰੇਜ ਠੇਕੇ ਨੇ। ਫਸਲ ਨਹੀਂ ਹੋਣੀ, ਪਨੀਰੀ ਦੂਜੀ ਵਾਰ ਬੀਜੀ ਨਹੀਂ ਜਾਣੀ, ਪਨੀਰੀ ਬੀਜਣ ਨੂੰ ਵੀ ਮਹੀਨਾ ਚਾਹੀਦਾ ਤੇ ਉਸ ਤੋਂ ਬਾਅਦ ਝੋਨਾ ਲੱਗਣ ਦਾ, ਹੁਣ ਝੋਨਾ ਲੱਗਣ ਦਾ ਤੇ ਅਲਟੀਮੇਟ ਟਾਈਮ ਜਿਹੜਾ 30 ਜੁਲਾਈ ਤੱਕ ਉਹ ਵੀ ਬਾਸਮਤੀ ਲੱਗਦੀ। ਸੋ ਇਸ ਗੱਲ ਕਾਰਨ ਡੰਗਰਾਂ ਦਾ ਬੜਾ ਨੁਕਸਾਨ। ਸਾਡੀ ਉਹ ਵੀ ਡਿਮਾਂਡ ਹੈ ਕਿ ਫੀ ਡੰਗਰ ਘੱਟ ਤੋਂ ਘੱਟ ਮੱਝ ਗਾਂ ਜਿੱਥੇ ਪੂਰੀ ਹੋਈ ਹੈ 50,000 ਰੁਪਇਆ ਉਹ ਦਿੱਤਾ ਜਾਏ, ਜਿੱਥੇ ਮਾਲੀ ਨੁਕਸਾਨ ਹੋਏ ਉਹ ਕੰਪਨਸੇਟ
गरीब घर घट तो घट उन्होंने मदद की जाए। बहुत सारे घर बिलकुल डिग गए ने या बिलकुल तरेड़ा पै के छत्ता डिग पे उ 5 लाख रुपए का फ्री घर गरीब आदमी मुआवजा तुसी कृपा करके दो। ये दवाइया की बहुत भारी लोड़ सानू। ये खदशा है कि जिन्हें वड्डे पैमाने से पानी आया इस पानी दे विच हर किस्म का पानी है, प्रदूषित पानी भी है, ये नाल हैजा फैलन का बीमारियां फैलन का हुण डर होगा। जो जो पानी का लेवल थले जाएगा ए बीमारियां पैनिया। सो स्पेशल हर वड्डे पिंड दे विच कैंप लगवाओ जिथे डंगरां दे डाक्टर भी आन, डंगरां दी मेडिसिन भी होन, बंदियां दी मेडिसिन भी होन, ते कंपनसेशन इमीजिएटली आपां किसानां नूं फी फैमिली जिन्नी एकड़ जमीन उन्हां भेजी सी उन्हां 50,000 दे हिसाब नाल कंपनसेशन कर लो, 5-5 लाख रुपया कोठियां तक लिया जाए। ते नाल ही नरेंद्र मोदी जी नूं बेनती करांगे, प्राइम मिनिस्टर इन्हां ने जदों कोरोना सी उस टाइम एक फंड बनाया प्राइम मिनिस्टर केयर, उहदे विच हजारां करोड़ां रुपए 30,000 करोड़ रुपया इस तों वी वध है। साडे कांग्रेस दे अध्यक्ष खड़गे साहब ने पिछले दिन कहा प्रधानमंत्री जी जिन्ने सूबियां दे विच नुकसान होया कृपा करके सारे नालों वध हिमाचल फिर पंजाब ते इन्हां नूं पैसे दिते जाणे। असीं मंग करांगे मिनिमम उस चों पंजाब जिहड़ा प्राइम मिनिस्टर हैल्थ केयर है 10,000 करोड़ रुपया कर, ते बाकी मान साहब इमीजिएटली करन। असी सारी जगह जा रहे हैं, जिहड़ी गल की कमी इत्थे कश्तियां की कमी है, पिछले असी पिंड च होके आए खडियाल उत्थे भी बिल्कुल ही लोगों ने आप बन ला के ते लोगों की हुणे सानू पुलिस वाले भी रस्ते च एक सब इंस्पैक्टर साहब मिले उन्हें दस्सिया कि दो बंदियां की असी हुणे जिंदगी बचाई। उत्थे भी सानू नजर आ रहा सी कि कुप दे उत्ते तूड़ी दे कोपां दे उत्ते इक बंदा बैठा सी, ओह वी डीसी नूं दस्सिया गया कि इत्थे कश्ती भी बचाई जाए ते बंदियां नूं रेस्क्यू ऑपरेशन भी कीते जाण। तो सारिआं नूं साडी इह है कि इकट्ठे होके रल मिल के पंजाब जिन्ने सारे दुनिया दे विच अपना नां इस गल कारण बनाया अज भी इत्थे मदद करके अपनी जो भी योगदान है पा सकणगे। इन्ने कहिंदा होइआ जा रिहा दूजे असीं हैल्पलाइन शुरू कीती है कांग्रेस पार्टी ने, किते वी तुहानूं लगे क्योंकि तिल फुल भेटा सरकार तां असीं नहीं आ, उस नंबर ते तुसी संपर्क कर सकदे हो। कोई भी दीन दुखिया व्यक्ति है असी साडे बंदे लाए हुए है, नीचे हेल्पलाइन नंबर दिता हुआ है, किसी प्रकार की कोई मदद की जरूरत होवे जो असी कर सकते हैं, क्योंकि असी मुआवजा तो नहीं दे सकते पर लेकिन असी बंदे दा जीवन जरूर बचाउण दे विच सहाई हो सकते हैं, और घर चलाउण दे विच जरूर सहाई हो सकते हैं, और किसी व्यक्ति नूं भी कोई ऐसी जरूरत पए असी काफी लोगों नूं पानी चों कढ़िया भी है, सहूलत भी पहुंचाई है। सो साडे हेल्पलाइन नंबर ते जरूर संपर्क करे। बहुत बहुत धन्यवाद। इक नहरां दे विच पानी बंद कर रखा जी, ओह पता नहीं क्यों कर रहे ने, की कारण ओह जरूरी बोलो जी, जिन्नियां मालवा च नहरां ने पर इहना पानी इहना ने भराओ कर आ जाओ बोली इहदी नहरां तों इहना पानी बंद करता, तो गड्डी चलदी है ओह उत्थे तक है जी। पासा उधर देख रहे हो एक घगड़ का हिस्सा नहीं है, आ घगड़ बह रही है जी, आ खब्बे पासो सज्जे पासो इत्थे तक ही घगड़ सी पर बन टुट के ਉਹ ਤੁਸੀਂ ਜਿਸ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਬਣ ਟੁੱਟਿਆ ਤੇ ਪਾਣੀ ਜਿਹੜਾ ਬਹਿ ਰਿਹਾ ਇੱਥੋਂ ਜੇ ਤੁਸੀਂ ਦੇਖੋਗੇ ਕਿੰਨੇ ਹੀ ਲੱਖਾਂ ਕਿੱਲੇ ਜ਼ਮੀਨ ਦੇ ਫਸਲ ਤਬਾਹ ਹੋ ਗਈ ਹੈ ਜੀ। ਦੱਸਿਆ ਜਾ ਰਿਹਾ ਕੁਛ ਤਕਰੀਬਨ 5 ਲੱਖ ਕਿੱਲੇ ਪੰਜਾਬ ਦੇ ਇਹ ਜਿਹੜਾ ਸਾਹਮਣੇ ਤੁਸੀਂ ਕੋਠਾ ਦੇਖ ਰਹੇ ਹੋ ਦੂਜੀ ਮੰਜ਼ਿਲ ਦੇਖ ਪਾ ਰਹੇ ਹੋ, ਪਹਿਲੀ ਮੰਜ਼ਿਲ ਇਹਦੀ ਜਿਹੜੀ ਆ ਪਾਣੀ ਦੇ ਅੰਦਰ ਹੈ। ਉਹ ਦੇਖੋ ਸਾਹਮਣੇ ਕੋਠਾ ਪੂਰਾ ਪਾਣੀ ਚ। ਧੰਨਵਾਦ।